ਸਾਹਿਬ ਜੀ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿਰਪਾ ਕਰਹੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੋ ਕੋਈ ਮਾਟੀ ਕਾ ਕਿਆ ਧੁਪੈ ਸੁਆਮੀ ਮਾਨਸ ਕੀ ਗਤ ਇਹੀ ਦੱਦਾ ਦਾਤਾ ਏਕ ਹੈ ਸਭ ਕਉ ਦੇਵਨ ਹਾਰ ਦਿੰਦੇ ਤੋਟ ਨ ਆਵਈ ਅਗਣਤ ਭਰੇ ਭੰਡਾਰ ਸੱਜਣ ਸੱਚਾ ਪਾਤਸ਼ਾਹੋ ਸਿਰ ਸਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ
तुम कथा सुधारी। हम ना सकत कर सिफत तुम्हारी, आप ले ओ तुम कथा सुधारी। सतनाम श्री वाहिगुरु साहिब जी। साचा साहिब साच नाए पाखिया पाओ अपार, अख है मंग है देहे देहे दात करी दातार। फेर के अगे रखिया जित दिसै दरबार, मोह के बोलन बोलिया जित सुन तरे प्यार। अमृत वेला सच नाओ वड्याई विचार, करमी आवै कपड़ा नदरी मोख द्वार। नानक एवै जानियै सब आपी सचियार। साचा साहिब साच नाए पाखिया पाओ अपार। वाहिगुरु जी का खालसा वाहिगुरु जी की फतेह। परम सत्कारयोग गुरु प्यारी गुरु सवारी, गुरु का खास रूप गुरु खालसा गुरु संगत जियो। आपां सरबत गुरसिख संगतां पावन अमृत वेले दे दीवान दे अंदर सुशोभित हो करके दीन दयाल करण कारण पतत पावन भगत वच्छल करुणा निधान सतगुरु बाणी स्वरूप सतगुरु साहिब श्री गुरु ग्रंथ साहिब महाराज जी दी पावन पवित्र हजूरी दे अंदर पावन श्री जपजी साहिब जी दी कथा विचार करन दे लई एकत्रित हो रहे हां। ਕਿਉਂਕਿ ਜਿਹੜੀ ਕਥਾ ਵਿਚਾਰ ਹੈ ਵਿਦਵਾਨਾਂ ਦੇ ਕਥਨ ਦੇ ਅਨੁਸਾਰ ਬਹੁਤ ਵੱਡੇ ਭਾਗ ਮਨੁੱਖ ਦੇ ਹੋਣ, ਫਿਰ ਹੀ ਜਿਹੜੀ ਕਥਾ ਹੈ ਔਰ ਸਾਧੂ ਮਹਾਤਮਾ ਦੀ ਜਿਹੜੀ ਸੰਗਤ ਹੈ ਉਸ ਦੀ ਪ੍ਰਾਪਤੀ ਹੋਇਆ ਕਰਦੀ ਹੈ। ਨਹੀਂ ਤਾਂ ਜਿਹੜੀ ਧਨ ਦੌਲਤ ਪੈਸਾ ਆਦਿਕ ਹੈ ਇਹ ਤਾਂ ਮਾੜੇ ਤੋਂ ਮਾੜੇ ਪੁਰਸ਼ਾਂ ਦੇ ਪਾਸ ਵੀ ਬਹੁਤੇ ਤੋਂ ਬਹੁਤਾ ਹੁੰਦਾ ਹੈ। ਜਿਸ ਪ੍ਰਕਾਰ ਭਗਤ ਤੁਲਸੀਦਾਸ ਜੀ ਦੇ ਆਪਾਂ ਬਚਨ ਸ਼ਰਵਣ ਕੀਤੇ ਸਨ ਕਿ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ,
ਧਨ ਦਾਰਾ ਸੁਤ ਲਛਮੀ ਪਾਪੀ ਕੇ ਪੀ ਹੋਏ। ਇਸ ਲਈ ਜਿਹੜਾ ਇਹ ਬਾਕੀ ਦਾ ਸਾਜੋ ਸਮਾਨ ਹੈ, ਇਸਤਰੀ ਹੈ, ਧੀਆਂ ਪੁੱਤਰ ਨੇ, ਧਨ ਦੌਲਤ ਹੈ, ਇਹ ਤਾਂ ਇੱਕ ਪਾਪ ਕਰਮ ਕਰਨ ਵਾਲੇ ਮਨੁੱਖ ਦੇ ਘਰ ਦੇ ਵਿੱਚ ਵੀ ਬਹੁਤੇ ਤੋਂ ਬਹੁਤਾ ਹੁੰਦਾ ਹੈ। ਪਰ ਭਗਤ ਤੁਲਸੀਦਾਸ ਦੇ ਕਥਨ ਦੇ ਅਨੁਸਾਰ ਕਿ ਸੰਤ ਸਮਾਗਮ, ਹਰ ਕਥਾ, ਇਹ ਦੋਨੋਂ ਜਿਹੜੀਆਂ ਚੀਜ਼ਾਂ ਨੇ, ਤੁਲਸੀ ਦੁਰਲਭ ਦੋਏ, ਇਹ ਦੋਵੇਂ ਬਹੁਤ ਔਖੇ ਤਰੀਕੇ ਦੇ ਨਾਲ ਪ੍ਰਾਪਤ ਹੁੰਦੀਆਂ ਨੇ। ਕਈ ਕਈ ਵਾਰ ਮਨ ਦੇ ਅੰਦਰ ਤਾਂਘ ਹੁੰਦੀ ਹੈ ਕਿ ਕਿਸੇ ਸਾਧੂ ਮਹਾਤਮਾ ਦੀ ਸੰਗਤ ਹੋਵੇ, ਅਤੇ ਕਈ ਵਾਰ ਐਸਾ ਹੁੰਦਾ ਹੈ ਕਿ ਜਦੋਂ ਸਾਧੂ ਮਹਾਤਮਾ ਆ ਜਾਣ ਫਿਰ ਉਸ ਦੇ ਪਾਸ ਸਾਡਾ ਜਾਣ ਨੂੰ ਮਨ ਨਹੀਂ ਕਰਦਾ। ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀਆਂ ਦੋਨੋਂ ਚੀਜ਼ਾਂ ਨੇ, ਵੈਸੇ ਤਾਂ ਇਹ ਪ੍ਰਾਪਤ ਵੀ ਔਖੇ ਤਰੀਕੇ ਦੇ ਨਾਲ ਹੁੰਦੀਆਂ ਨੇ, ਅਤੇ ਕਈ ਵਾਰ ਜੇ ਪ੍ਰਾਪਤ ਹੋ ਵੀ ਜਾਣ ਫਿਰ ਸਾਡਾ ਜਿਹੜਾ ਮਨੂਆ ਹੈ ਇਹ ਨਹੀਂ ਮੰਨਦਾ। ਇਸ ਲਈ ਆਪਣੇ ਸਰਬੱਤ ਗੁਰਸਿੱਖਾਂ ਦੇ ਬਹੁਤ ਵੱਡੇ ਭਾਗ ਨੇ ਜੋ ਆਪਾਂ ਗੁਰਬਾਣੀ ਦੀ ਇਹ ਜੋ ਕਥਾ ਵਿਚਾਰ ਹੈ ਗੁਰੂ ਕੀ ਗੋਦ ਦੇ ਵਿੱਚ ਬੈਠ ਕੇ ਸ਼ਰਵਣ ਕਰ ਰਹੇ ਹਾਂ, ਜਿਸ ਦੇ ਅੰਦਰ ਜਿਹੜੇ ਸਿੱਧ ਪੁਰਸ਼ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਵਾਰ ਵਾਰ ਸਵਾਲ ਕਰਦੇ ਨੇ, ਸਤਿਗੁਰੂ ਜੀ ਸਿੱਧਾਂ ਨੂੰ ਸਿੱਖਿਆ ਦੇਣ ਦੇ ਲਈ, ਜਵਾਬ ਦੇਣ ਦੇ ਲਈ ਇੱਕ ਇੱਕ ਕਰਕੇ ਸਵਾਲ ਦਾ ਜਵਾਬ ਦਿੰਦੇ ਨੇ, ਔਰ ਜਿਹੜੇ ਸਿੱਧ ਪੁਰਸ਼ ਨੇ ਉਹ ਕੀ ਕਰਦੇ ਨੇ ਕਿ ਜਦੋਂ ਇੱਕ ਸ਼ੰਕਾ ਦੂਰ ਹੋ ਜਾਂਦੀ ਹੈ, ਕਿਉਂਕਿ ਇਹ ਜਿਹੜੇ ਸਿੱਧ ਪੁਰਸ਼ ਸਨ ਇਹ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਾਲਕ ਕਹਿੰਦੇ ਸੀ, ਜਾਂ ਬਾਲਕ ਕਹਿੰਦੇ ਸੀ ਜਾਂ ਫਿਰ ਬਾਲਾ ਕਹਿੰਦੇ ਸੀ, ਕਿਉਂਕਿ ਇਹਨਾਂ ਸਿੱਧਾਂ ਦੀ ਜਿਹੜੀ ਪ੍ਰਾਣਾਯਾਮ ਕਰਦਿਆਂ ਹੋਇਆਂ, ਸਾਧਨਾ ਸਾਧਦਿਆਂ ਹੋਇਆਂ ਜਿਹੜੀਆਂ ਉਮਰਾਂ ਸਨ ਇਹ ਬਹੁਤ ਲੰਬੇਰੀਆਂ ਹੋ ਚੁੱਕੀਆਂ ਸਨ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਦੇ ਸਾਹਮਣੇ ਬਹੁਤ ਛੋਟੀ ਉਮਰ ਦੇ ਪ੍ਰਤੀਤ ਹੋ ਰਹੇ ਸਨ। ਇਸ ਲਈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਾਰੰਭ ਦੇ ਵਿੱਚ ਗਏ ਅਤੇ ਉਸ ਵੇਲੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਾਲਕ ਕਹਿ ਕੇ ਬੁਲਾਉਣਾ, ਪਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਕੋਈ ਪਰਮੇਸ਼ਰ ਵਾਹਿਗੁਰੂ ਜੀ ਦੀ ਜੋਤ ਹੈ, ਇਹ ਕੋਈ ਆਮ ਪੁਰਸ਼ਾਂ ਦੇ ਨਿਆਈ ਇਸ ਦਾ ਜੀਵਨ ਨਹੀਂ ਹੈ, ਉਸ ਵੇਲੇ ਫਿਰ ਜਿਹੜੇ ਵੀ ਸਿੱਧ ਆਪਣੇ ਮਨ ਦੇ ਅੰਦਰ ਕਿਸੇ ਦੇ ਸ਼ੰਕਾ ਹੁੰਦੀ ਹੈ ਉਸ ਨੂੰ ਸਤਿਗੁਰਾਂ ਦੇ ਪਾਸ ਰੱਖਦੇ ਨੇ, ਸਤਿਗੁਰਾਂ ਤੋਂ ਪੁੱਛਦੇ ਨੇ ਅਤੇ ਸਤਿਗੁਰੂ ਜੀ ਉਸ ਦਾ ਉੱਤਰ ਦੇਣਾ ਕਰਦੇ ਨੇ। ਕੱਲ੍ਹ ਦੀ ਵਿਚਾਰ ਤੋਂ ਅੱਗੇ ਸਿੱਧਾਂ ਨੇ ਸਤਿਗੁਰਾਂ ਦੇ ਸਮਕਸ਼ ਇਹ ਸਵਾਲ ਰੱਖਿਆ, ਜਿਵੇਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਇੱਕ ਪਾਵਨ ਬਚਨ ਲਿਖੇ ਨੇ ਕਿ ਕੋਈ ਇਹ ਸ਼ੰਕਾ ਨਾ ਕਰ ਲਵੇ ਕਿ ਇਹ ਜਿਹੜੀ ਬਾਣੀ ਹੈ ਇਹ ਕਿੱਥੇ ਉਚਾਰਨ ਹੋਈ ਹੈ। ਤਾਂ ਉਸ ਵੇਲੇ ਭਾਈ ਸੰਤੋਖ ਸਿੰਘ ਜੀ ਨੇ ਪਾਵਨ ਬਚਨ ਲਿਖੇ ਨੇ
ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਜਿਹੜੀ ਬਾਣੀ ਹੈ ਸਿੱਧਨ ਸੰਗ ਹਮ ਚਰਚਾ ਕੀਨੀ ਤਬੈ ਉਚਾਰਾ ਜਪ ਪ੍ਰਵੀਨੀ। ਇਹ ਜਿਹੜਾ ਡੂੰਘਿਆਈ ਵਾਲਾ ਜਪਜੀ ਸਾਹਿਬ ਜੀ ਦੀ ਬਾਣੀ ਹੈ ਇਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁੱਖ ਦੁਆਰਾ ਬਚਨ ਉਚਾਰਨ ਕਰਕੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਇਹ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਹੋਇਆਂ ਇਹ ਬਾਣੀ ਉਚਾਰਨ ਕੀਤੀ ਗਈ ਹੈ। ਇਸ ਲਈ ਸਿੱਧਾਂ ਨੇ ਫਿਰ ਪ੍ਰਸ਼ਨ ਕੀਤਾ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ, ਜਿਵੇਂ ਆਪ ਜੀ ਪਿੱਛੇ ਕਹਿ ਆਏ ਹੋ ਕਿ ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਬਲ ਹੈ ਉਸ ਦੇ ਗੁਣਾਂ ਦਾ ਕੋਈ ਕਥਨ ਨਹੀਂ ਕਰ ਸਕਦਾ, ਕੋਈ ਐਸੀ ਜ਼ੁਬਾਨ ਨਹੀਂ, ਕੋਈ ਐਸਾ ਦਿਮਾਗ ਨਹੀਂ ਬਣਿਆ ਜਿਹੜਾ ਉਸ ਪਰਮੇਸ਼ਰ ਵਾਹਿਗੁਰੂ ਦੇ ਸੰਪੂਰਨ ਗੁਣਾਂ ਨੂੰ ਗਾ ਸਕੇ। ਫਿਰ ਉਸ ਤੋਂ ਅੱਗੇ ਕਹਿਣ ਲੱਗੇ ਕਿ ਸਤਿਗੁਰੂ ਜੀਓ, ਇਹ ਤਾਂ ਸਾਡੇ ਸਮਝ ਗੋਚਰੇ ਹੋ ਚੁੱਕਿਆ ਹੈ, ਆਪ ਜੀ ਸਾਡੇ ਤਾਈਂ ਇਹ ਦੱਸਣਾ ਕਰੋ ਕਿ ਜਿਹੜਾ ਐਸਾ ਪਰਮੇਸ਼ਰ ਹੈ ਜਿਸ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਆਪ ਕਿਸ ਪ੍ਰਕਾਰ ਦਾ ਹੈ ਅਤੇ ਉਹਦੀ ਜਿਹੜੀ ਵਡਿਆਈ ਹੈ ਜਾਂ ਉਹਦੀ ਜਿਹੜੀ ਸਾਹਿਬੀ ਮਲਕੀਅਤ ਹੈ ਉਹ ਕਿਸ ਪ੍ਰਕਾਰ ਦੀ ਹੈ ਅਤੇ ਨਾਲ ਇਹ ਵੀ ਦੱਸਣਾ ਕਰੋ ਕਿ ਉਸ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਬੋਲੀ ਹੈ ਉਸ ਦੀ ਬਾਬਤ ਵੀ ਸਾਨੂੰ ਕੁਝ ਨਾ ਕੁਝ ਦੱਸਣਾ ਕਰੋ। ਅਤੇ ਉਸ ਵੇਲੇ ਸਤਿਗੁਰੂ ਜੀ ਨੇ ਸਿੱਧਾਂ ਤੋਂ ਅਗਲਾ ਸਵਾਲ ਸੁਣ ਕਰਕੇ ਪਾਵਨ ਚੌਥੀ ਪੌੜੀ ਉਚਾਰਨ ਕੀਤੀ। ਸੋ ਇਸ ਪੌੜੀ ਦੀ ਜਿਹੜੀ ਵਿਚਾਰ ਹੈ ਆਪਾਂ ਗੁਰਸਿੱਖ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼੍ਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਨੇ ਕਿ ਐ ਸਿੱਧ ਪੁਰਸ਼ੋ, ਉਹ ਪਰਮੇਸ਼ਰ ਵਾਹਿਗੁਰੂ ਆਪ ਕੈਸਾ ਹੈ ਉਸ ਦੇ ਸਰੂਪ ਦੀ ਬਾਬਤ ਦੱਸਣ ਲੱਗੇ ਹਾਂ ਕਿ ਉਹ ਆਪ ਪਰਮੇਸ਼ਰ ਵਾਹਿਗੁਰੂ ਸਾਚਾ ਸਾਹਿਬ, ਵਿਦਵਾਨ ਮਹਾਂਪੁਰਖ। ਸਾਹਿਬ ਦਾ ਅਰਥ ਕੁਝ ਇਸ ਪ੍ਰਕਾਰ ਵੀ ਕਰਦੇ ਨੇ ਕਿ ਸਾਹਿਬ, ਸਾ ਮੈਨੇ ਸਾਰਿਆਂ ਜਗ੍ਹਾ 'ਤੇ, ਸਾ ਮੈਨੇ ਸਾਰਿਆਂ ਦੇ, ਹੇ ਮੈਨੇ ਹਿਰਦੇ ਦੇ ਅੰਦਰ, ਬਾ ਮੈਨੇ ਬਸਣ ਵਾਲਾ। ਇੱਕ ਇੱਕ ਦਾ, ਇੱਕ ਇੱਕ ਅੱਖਰ ਦਾ ਅਰਥ ਕਰਕੇ ਇਸ ਦਾ ਇਉਂ ਅਰਥ ਬਣਦਾ ਹੈ ਕਿ ਸਾ ਮੈਨੇ ਸਾਰਿਆਂ ਦੇ, ਹੇ ਮੈਨੇ ਹਿਰਦੇ ਦੇ ਅੰਦਰ, ਬਾ ਮੈਨੇ ਬਸਣ ਵਾਲਾ। ਸਾਰਿਆਂ ਦੇ ਹਿਰਦੇ ਦੇ ਅੰਦਰ ਬਸਣ ਵਾਲਾ ਜੋ ਪਰਮੇਸ਼ਰ ਵਾਹਿਗੁਰੂ ਹੈ ਉਹ ਸਾਚਾ ਹੈ, ਉਸ ਦਾ ਜਿਹੜਾ ਸਰੂਪ ਹੈ ਕਦੇ ਨਾਸ਼ਵਾਨ ਹੋਣ ਵਾਲਾ ਨਹੀਂ ਹੈ। ਫਿਰ ਦੂਸਰਾ ਸਵਾਲ ਸੀ ਕਿ ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਕਿਸ ਪ੍ਰਕਾਰ ਦਾ ਹੈ, ਤਾਂ ਸਤਿਗੁਰਾਂ ਨੇ ਆਖਿਆ ਕਿ ਸਾਚ ਨਾਏ, ਉਸ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਵੀ ਸੱਚਾ ਹੈ, ਉਸ ਦੇ ਅੰਦਰ ਕਦੇ ਵੀ ਕੋਈ ਨਾਸ਼ਵਾਨਤਾ ਵਾਲੀ ਕੋਈ ਸ਼ੰਕਾ ਨਹੀਂ ਪੈਦਾ ਹੁੰਦੀ ਕਿ ਪਰਮੇਸ਼ਰ ਆਪ ਜਾਂ ਪਰਮੇਸ਼ਰ ਦਾ ਨਾਮ ਕਦੇ ਨਾਸ਼ ਵੀ ਹੋਵੇਗਾ।
ਕਿਉਂਕਿ ਜਿਹੜੀ ਸੱਤ ਵਸਤੂ ਹੁੰਦੀ ਹੈ ਇਹ ਤਿੰਨੇ ਸਮਿਆਂ ਦੇ ਅੰਦਰ ਵਿਰਾਜਮਾਨ ਰਹਿੰਦੀ ਹੈ। ਉਹ ਪਿਛਲੇ ਸਮੇਂ ਦੇ ਵਿੱਚ ਵੀ ਹੁੰਦੀ ਹੈ, ਵਰਤਮਾਨ ਸਮੇਂ ਦੇ ਵਿੱਚ ਵੀ ਹੁੰਦੀ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਟਿਕਾਏਮਾਨ ਰਹਿੰਦੀ ਹੈ। ਅਤੇ ਇਹ ਸਵਾਲ ਕਰਦਿਆਂ ਕਰਦਿਆਂ ਨਾਲ ਇਹ ਵੀ ਸਿੱਧਾਂ ਨੇ ਪੁੱਛਿਆ ਕਿ ਸਤਿਗੁਰੂ ਜੀ, ਉਸ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਮਲਕੀਅਤ ਹੈ ਜਾਂ ਜਿਹੜੀ ਵਡਿਆਈ ਹੈ ਉਸ ਦੀ ਬਾਬਤ ਵੀ ਦੱਸੋ। ਅਤੇ ਸਤਿਗੁਰਾਂ ਨੇ ਆਖਿਆ ਕਿ ਸਾਚ ਨਾਏ, ਨਾਏ ਦਾ ਅਰਥ ਵਡਿਆਈ ਵੀ ਹੁੰਦਾ ਹੈ, ਕਿ ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਜਿਹੜੀ ਵਡਿਆਈ ਹੈ, ਉਸ ਵਾਹਿਗੁਰੂ ਦੀ ਜਿਹੜੀ ਸਿਫਤੋ ਸਲਾਹ ਹੈ ਉਹ ਵੀ ਸਾਚ ਹੈ। ਅਤੇ ਫਿਰ ਤੀਸਰਾ ਪ੍ਰਸ਼ਨ ਸੀ ਕਿ ਉਸ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਬੋਲੀ ਹੈ ਉਸ ਦੀ ਬਾਬਤ ਦੱਸਣਾ ਕਰੋ। ਅਤੇ ਸਤਿਗੁਰਾਂ ਨੇ ਆਖਿਆ ਕਿ ਭਾਖਿਆ ਭਾਉ ਅਪਾਰ, ਕਿ ਉਸ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਭਾਖਾ ਹੈ ਨਾ, ਭਾਸ਼ਾ ਹੈ, ਉਹ ਕਹਿੰਦੇ ਅਪਾਰ ਹੈ, ਉਸ ਦਾ ਕੋਈ ਵੀ ਪਾਰਾਵਾਰ ਨਹੀਂ ਹੈ, ਉਸ ਦਾ ਕੋਈ ਹੱਦ ਬੰਨਾ। ਜਿਵੇਂ ਇੱਕ ਹਿੰਦੀ ਦੇ ਵਿਦਵਾਨ ਨੇ ਇੱਕ ਕਥਨ ਲਿਖਿਆ ਹੈ, ਕਹਿੰਦਾ ਕਿ ਕੋਸ ਕੋਸ ਪਰ ਪਾਣੀ ਬਦਲੈ, ਚਾਰ ਕੋਸ ਪਰ ਵਾਣੀ, ਕਿ ਇੱਕ ਇੱਕ ਕੋਹ ਦੇ ਉੱਪਰ ਜਾ ਕਰਕੇ ਜਿਹੜਾ ਪਾਣੀ ਹੈ ਉਹ ਬਦਲ ਜਾਂਦਾ ਹੈ। ਅਤੇ ਜਦੋਂ ਕਹਿੰਦੇ ਆਪਾਂ ਇੱਕ ਜਗ੍ਹਾ ਤੋਂ ਚਾਰ ਕੋਹਾਂ ਦੂਰ ਚਲੇ ਜਾਈਏ, ਕਿਸੇ ਹੋਰ ਪਿੰਡ ਦੇ ਵਿੱਚ ਚਲੇ ਜਾਈਏ, ਉੱਥੇ ਕਹਿੰਦੇ ਜਾ ਕੇ ਜਿਹੜੀ ਬਾਣੀ ਹੈ, ਬੋਲੀ ਹੈ, ਉਸ ਦਾ ਵੀ ਫਰਕ ਪੈ ਜਾਂਦਾ ਹੈ। ਕਈਆਂ ਇਲਾਕਿਆਂ ਦੇ ਵਿੱਚ ਕੋਈ ਸ਼ਬਦ ਬੋਲੇ ਜਾਂਦੇ ਨੇ, ਕਈਆਂ ਦੇ ਵਿੱਚ ਕੋਈ। ਇਸ ਲਈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਆਖੇ ਕਿ ਉਸ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਬੋਲੀ ਹੈ ਉਹ ਵੀ ਅਪਾਰ ਹੈ। ਅਤੇ ਫਿਰ ਸਿੱਧਾਂ ਨੇ ਆਖਿਆ ਕਿ ਸਤਿਗੁਰੂ ਜੀਓ, ਉਸ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਅਤੇ ਸਤਿਗੁਰਾਂ ਨੇ ਆਖਿਆ ਕਿ ਭਾਖਿਆ ਭਾਉ ਅਪਾਰ, ਕਿ ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਵੋ, ਭਾਉ ਪ੍ਰੇਮ ਦੇ ਸਹਿਤ ਹੋ ਕੇ ਗਾਉਣਾ ਕਰੋ। ਫਿਰ ਕਹਿੰਦੇ ਤੁਹਾਨੂੰ ਜਿਹੜਾ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ ਉਸ ਦੀ ਪ੍ਰਾਪਤੀ ਹੋ ਜਾਵੇਗੀ। ਜਾਂ ਫਿਰ ਜਿਹੜਾ ਭਾਖਿਆ ਭਾਉ ਅਪਾਰ, ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਭਾਉ ਮੈਣੇ ਪ੍ਰੇਮ ਕਰਦਾ ਹੈ, ਪ੍ਰੇਮ ਦੀ ਅਸਲ ਦੇ ਵਿੱਚ ਕੋਈ ਹੱਦ ਬੰਨਾ ਨਹੀਂ ਹੁੰਦਾ। ਕਹਿੰਦੇ ਕਿ ਉਸ ਪਰਮੇਸ਼ਰ ਵਾਹਿਗੁਰੂ ਦੇ ਅਪਾਰ ਗੁਣਾਂ ਦਾ ਜਿਹੜਾ ਕੋਈ ਪ੍ਰੇਮ ਦੇ ਸੰਯੁਗਤ ਹੋ ਕਰਕੇ ਬੇਅੰਤ ਬੇਅੰਤ ਗੁਣ ਗਾਉਂਦਾ ਹੈ, ਉਸ ਨੂੰ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਹੋ ਜਾਂਦੀ ਹੈ। ਆਖੈ ਮੰਗਹਿ ਦੇਹੇ ਦੇਹੇ ਦਾਤ ਕਰੀ ਦਾਤਾਰ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਨੇ ਕਿ ਉਸ ਪਰਮੇਸ਼ਰ ਵਾਹਿਗੁਰੂ ਦੀ ਕੈਸੀ ਸਿਫਤੋ ਸਲਾਹ ਹੈ ਕਿ ਜਿਹੜੇ ਤਿੰਨੋਂ ਲੋਕ ਨੇ ਉਹ ਪਰਮੇਸ਼ਰ ਵਾਹਿਗੁਰੂ ਨੂੰ ਆਖ ਆਖ ਕੇ, ਭਾਵ ਉੱਚੀ ਬੋਲ ਬੋਲ ਕੇ ਪਰਮੇਸ਼ਰ ਵਾਹਿਗੁਰੂ ਨੂੰ ਆਖਦੇ ਨੇ ਅਤੇ ਪਰਮੇਸ਼ਰ ਵਾਹਿਗੁਰੂ ਜੀ ਤੋਂ ਮੰਗਦੇ ਨੇ ਕਿ ਦੇਹ ਦੇਹ ਸਾਨੂੰ ਦੇਣਾ ਕਰੋ, ਸਾਨੂੰ ਦੇਣਾ ਕਰੋ। ਜਿਹੜੇ ਹਿੰਦੂ ਨੇ ਉਹ ਵੀ ਪਰਮੇਸ਼ਰ ਤੋਂ ਮੰਗਦੇ ਨੇ, ਮੁਸਲਮਾਨ ਵੀ ਆਖਦੇ ਨੇ ਕਿ ਸਾਨੂੰ ਦੇਣਾ ਕਰੋ।
ਪਰ ਪਰਮੇਸ਼ਰ ਵਾਹਿਗੁਰੂ ਕੈਸਾ ਹੈ, ਜਿਵੇਂ ਆਪਾਂ ਮੰਗਲ ਦੇ ਅੰਦਰ ਇਹ ਪਾਵਨ ਪੰਕਤੀਆਂ ਸਰਵਣ ਕੀਤੀਆਂ ਨੇ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦਿੰਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ, ਕਿ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਖਜ਼ਾਨੇ ਐਸੇ ਨੇ ਕਿ ਉਹਨਾਂ ਅੰਦਰ ਕਿਸੇ ਵੀ ਪ੍ਰਕਾਰ ਦਾ ਤੋਟਾ ਨਹੀਂ ਆਉਂਦਾ। ਜਿਵੇਂ ਜਿਹੜੇ ਸੰਸਾਰੀ ਰਾਜਿਆਂ ਦੇ ਖਜ਼ਾਨੇ ਹੁੰਦੇ ਨੇ ਉਹਨਾਂ ਵਿੱਚ ਇੱਕ ਕਮੀ ਹੁੰਦੀ ਹੈ, ਉਹ ਕਮੀ ਕੀ ਹੁੰਦੀ ਹੈ ਕਿ ਜਿੰਨਾ ਉਹਨਾਂ ਕੋਲ ਖਜ਼ਾਨਾ ਹੁੰਦਾ, ਜੇ ਉਸ ਖਜ਼ਾਨੇ ਦੇ ਵਿੱਚੋਂ ਆਪਾਂ ਜਿੰਨਾ ਵੀ ਹਿੱਸਾ ਕੱਢੀ ਜਾਂਦੇ ਹਾਂ ਉਨਾ ਹੀ ਉਹ ਖਜ਼ਾਨਾ ਘਟਦਾ ਜਾਂਦਾ ਹੈ। ਪਰ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਖਜ਼ਾਨਾ ਹੈ ਉਹ ਆਮ ਖਜ਼ਾਨਿਆਂ ਵਰਗਾ ਨਹੀਂ ਹੈ। ਉਸ ਦੀ ਕੈਸੀ ਸਿਫਤੋ ਸਲਾਹ ਹੈ ਕਿ ਤੋਟ ਨਾ ਆਵੇ ਵੱਧ ਦੋ ਜਾਈ, ਉਸ ਦੇ ਅੰਦਰ ਤੋਟਾ ਨਹੀਂ ਆਉਂਦਾ, ਉਸ ਦੇ ਅੰਦਰ ਹਮੇਸ਼ਾ ਜਿਹੜਾ ਵਾਧੇ ਤੋਂ ਵਾਧਾ ਹੀ ਹੁੰਦਾ ਹੈ। ਸੋ ਇਸ ਪ੍ਰਕਾਰ ਇੱਕ ਤਾਂ ਖਾਣ ਹੁੰਦੀ ਹੈ, ਇੱਕ ਖਜ਼ਾਨਾ ਹੁੰਦਾ, ਇਹਨਾਂ ਦੋਵਾਂ ਦੇ ਵਿੱਚ ਵੀ ਫਰਕ ਹੁੰਦਾ। ਖਾਣ ਤਾਂ ਉਸ ਨੂੰ ਆਖਿਆ ਜਾਂਦਾ ਜਿਸ ਜਗ੍ਹਾ ਤੋਂ ਸਮਾਨ ਕੱਢਿਆ ਜਾਵੇ, ਕੋਈ ਕੋਲਾ ਆਦਿਕ, ਕੋਈ ਸੋਨਾ ਆਦਿਕ ਜਿੱਥੋਂ ਪ੍ਰਾਪਤ ਹੋਵੇ ਉਸ ਨੂੰ ਤਾਂ ਖਾਣ ਆਖਿਆ ਜਾਂਦਾ, ਅਤੇ ਜਿੱਥੇ ਸਾਜੋ ਸਮਾਨ ਇਕੱਠਾ ਕਰਕੇ ਰੱਖਿਆ ਜਾਂਦਾ ਉਸ ਨੂੰ ਖਜ਼ਾਨਾ ਕਹਿੰਦੇ ਆ। ਸੋ ਇਸ ਪ੍ਰਕਾਰ ਜੋ ਪਰਮੇਸ਼ਰ ਵਾਹਿਗੁਰੂ ਦੇ ਖਜ਼ਾਨੇ ਨੇ ਉਹਨਾਂ ਦੇ ਅੰਦਰ ਤੋਟਾ ਨਹੀਂ ਆਉਂਦਾ, ਅਤੇ ਜਿਹੜੇ ਆਮ ਲੋਕ ਨੇ ਉਹ ਕੀ ਕਰਦੇ ਨੇ, ਆਖਹਿ ਮੰਗਹਿ ਦੇਹ ਦੇਹ, ਪਰਮੇਸ਼ਰ ਵਾਹਿਗੁਰੂ ਜੀ ਨੂੰ ਆਖ ਆਖ ਕੇ ਕਿ ਸਾਨੂੰ ਦੇਣਾ ਕਰੋ, ਸਾਨੂੰ ਦੇਣਾ ਕਰੋ, ਇਸ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਜੀ ਤੋਂ ਮੰਗਦੇ ਨੇ। ਅਤੇ ਫਿਰ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਕੀ ਕਰਦਾ ਹੈ, ਦਾਤ ਕਰੇ ਦਾ ਤਾਰ, ਜਿਵੇਂ ਜਿਵੇਂ ਕਿਸੇ ਦੇ ਕਰਮ ਉਸ ਨੇ ਕੀਤੇ ਹੁੰਦੇ ਨੇ ਉਸ ਦੇ ਕਰਮਾਂ ਦੇ ਅਨੁਸਾਰ ਪਰਮੇਸ਼ਰ ਵਾਹਿਗੁਰੂ ਮਨੁੱਖਾਂ ਨੂੰ ਜਿਹੜੀ ਦਾਤਾਂ ਦੀ ਪ੍ਰਾਪਤੀ ਕਰਵਾਉਂਦਾ ਹੈ ਉਹਨਾਂ ਨੂੰ ਦਾਤਾਂ ਬਖਸ਼ਣਾ ਕਰਦਾ ਹੈ। ਜਾਂ ਫਿਰ ਇਸ ਦਾ ਇਹ ਵੀ ਅਰਥ ਕਰਦੇ ਨੇ ਕਿ ਆਖ ਹੈ ਮੰਗਹਿ ਹੈ ਦੇਹ ਦੇਹ, ਕਿ ਜਿਹੜੇ ਦੇਵੀ ਦੇਵਤੇ ਨੇ ਉਹ ਵੀ ਪਰਮੇਸ਼ਰ ਵਾਹਿਗੁਰੂ ਨੂੰ ਪੁਕਾਰਾ ਕਰਦੇ ਨੇ ਕਿ ਸਾਨੂੰ ਜਿਹੜੀ ਦੇਹ ਇਹ ਮਨੁੱਖਾ ਸਰੀਰ ਹੈ ਇਹ ਸਾਨੂੰ ਦੇਹ ਦੇਣਾ ਕਰੋ, ਕਿਉਂਕਿ ਉਹਨਾਂ ਦੇ ਪਾਸ ਜਿੰਨਾ ਚਿਰ ਮਨੁੱਖਾ ਸਰੀਰ ਨਾ ਹੋਵੇਗਾ ਉਹਨਾਂ ਚਿਰ ਇਸ ਸੰਸਾਰ ਤੋਂ ਉਹਨਾਂ ਦੀ ਮੁਕਤੀ ਨਹੀਂ ਹੋ ਸਕਦੀ। ਜਿਵੇਂ ਪਾਵਨ ਬਾਣੀ ਦੇ ਅੰਦਰ ਜ਼ਿਕਰ ਆਉਂਦਾ ਹੈ ਨਾ ਕਿ ਉਹ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਇਹ ਦੇਵੀ ਦੇਵਤੇ ਸਾਜੇ ਹੋਏ ਨੇ ਇਹ ਵੀ ਇਸ ਦੇਹੀ ਨੂੰ ਯਾਦ ਕਰਦੇ ਨੇ ਕਿ ਸਾਨੂੰ ਇਹ ਦੇਹ ਪ੍ਰਾਪਤ ਹੋਵੇ। ਇਸ ਦੇਹੀ ਕਉ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਕਿ ਜਿਹੜੀ ਇਸ ਦੇਹੀ ਨੂੰ ਜਿਹੜੇ ਦੇਵੀ ਦੇਵਤੇ ਨੇ ਉਹ ਵੀ ਯਾਦ ਕਰਦੇ ਨੇ ਕਿ ਸਾਨੂੰ ਕਦੋਂ ਪ੍ਰਾਪਤ ਹੋਵੇ। ਪਰ ਕਹਿੰਦੇ ਕਿ ਇਹ ਮਨੁੱਖ ਤੂੰ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਣਾ ਕਰ, ਸੋ ਦੇਹੀ ਭਜ ਹਰ ਕੀ ਸੇਵ, ਕਿ ਜੋ ਤੂੰ ਪਿਛਲੇ ਜਨਮ ਦੇ ਅੰਦਰ ਥੋੜ੍ਹੀ ਬਹੁਤੀ ਗੁਰੂ ਦੀ ਸੇਵਾ ਕੀਤੀ ਸੀ, ਕਿਸੇ ਮਹਾਤਮਾ ਦੀ ਸੇਵਾ ਕੀਤੀ ਸੀ, ਉਸ ਦਾ ਸਦਕਾ ਇਹ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋ ਗਈ ਹੈ। ਜਾਂ ਫਿਰ ਇਸ ਦਾ ਇੱਦਾਂ ਵੀ ਅਰਥ ਕਰਦੇ ਨੇ ਕਿ ਜਿਹੜੀ ਇਹ ਦੇਹੀ ਹੈ
ਸੋ ਦੇਹੀ ਭਜ ਹਰ ਕੀ ਸੇਵ, ਕਿ ਹਰੀ ਪਰਮਾਤਮਾ ਵਾਹਿਗੁਰੂ ਜੀ ਦੀ ਜਿਹੜੀ ਭਜਨ ਰੂਪੀ ਸੇਵਾ ਹੈ ਇਹ ਕਰਨ ਦੇ ਲਈ ਇਹ ਜਿਹੜੀ ਮਨੁੱਖਾ ਦੇਹੀ ਹੈ ਸਾਨੂੰ ਪ੍ਰਾਪਤ ਹੋਣਾ ਹੋਈ ਹੈ। ਸੋ ਇਸ ਪ੍ਰਕਾਰ ਜਿਹੜੇ ਦੇਵੀ ਦੇਵਤੇ ਨੇ ਉਹ ਵੀ ਇਸ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਨ ਦੇ ਲਈ ਪਰਮੇਸ਼ੁਰ ਵਾਹਿਗੁਰੂ ਦੇ ਅੱਗੇ ਪੁਕਾਰਾਂ ਕਰਦੇ ਨੇ, ਪਰ ਪਰਮੇਸ਼ੁਰ ਵਾਹਿਗੁਰੂ ਦਾਤ ਕਰੇ ਦਾ ਤਾਰ, ਉਹ ਜਿਹੜਾ ਦਾਤਾ ਨੂੰ ਦੇਣ ਵਾਲਾ ਦਾਤਾ ਵਾਹਿਗੁਰੂ ਹੈ, ਉਹ ਉਹਨਾਂ ਦੇਵਤਿਆਂ ਨੂੰ ਵੀ ਆਪਣੀ ਮਨ ਮਰਜ਼ੀ ਦੇ ਨਾਲ ਜਿਹੜਾ ਇਸ ਮਨੁੱਖਾ ਦੇਹੀ ਦਾ ਜਿਹੜਾ ਦਾਨ ਹੈ ਉਹ ਦੇਣਾ ਕਰਦਾ ਹੈ। ਫੇਰ ਕੇ ਅੱਗੇ ਰੱਖੀਐ ਜਿਤ ਦਿਸੇ ਦਰਬਾਰ। ਉਸ ਤੋਂ ਬਾਅਦ ਸਿੱਧਾ ਨੇ ਸਵਾਲ ਕੀਤਾ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਸਾਡੇ ਤਾਂ ਦੱਸਣਾ ਕਰੋ ਕਿ ਉਸ ਪਰਮੇਸ਼ੁਰ ਵਾਹਿਗੁਰੂ ਦੇ ਅੱਗੇ ਅਸੀਂ ਕਿਹੜੀ ਐਸੀ ਵਸਤੂ ਰੱਖੀਏ, ਕਿਹੜੀ ਐਸੀ ਪਰਮੇਸ਼ੁਰ ਵਾਹਿਗੁਰੂ ਦੀ ਪੂਜਾ ਦੇ ਵਿੱਚ ਭੇਟਾ ਰੱਖੀਏ ਜਿਤ ਦਿਸੈ ਦਰਬਾਰ, ਜਿਸ ਦੇ ਨਾਲ ਉਸ ਦਾ ਸੱਚਖੰਡ ਰੂਪੀ ਜਿਹੜਾ ਦਰਬਾਰ ਹੈ ਉਹ ਸਾਨੂੰ ਦਿਸ ਆਵੇ, ਜਿਸ ਦੇ ਨਾਲ ਸਾਡੇ 'ਤੇ ਇਹ ਮਹਾਨ ਬਖਸ਼ਿਸ਼ ਹੋ ਜਾਵੇ ਕਿ ਅਸੀਂ ਉਸ ਪਰਮੇਸ਼ੁਰ ਵਾਹਿਗੁਰੂ ਦਾ ਸਾਖਿਆਤਕਾਰ ਜਿਹੜਾ ਸਰੂਪ ਰੂਪੀ ਦਰਬਾਰ ਹੈ ਉਸ ਨੂੰ ਪ੍ਰਾਪਤ ਕਰ ਲਈਏ, ਉਹ ਜਿਹੜੀ ਵਸਤੂ ਹੈ ਉਹ ਸਾਨੂੰ ਦੱਸਣਾ ਕਰੋ। ਮੋਹ ਕੇ ਬੋਲਣ ਬੋਲੀਐ ਜਿਤਨ ਧਰੇ ਪਿਆਰ। ਅਤੇ ਦੂਸਰਾ ਸਵਾਲ ਕੀਤਾ ਕਿ ਸਤਿਗੁਰੂ ਜੀਓ ਅਸੀਂ ਹੁਣ ਮੁੱਖ ਤੋਂ ਕੈਸੇ ਬਚਨ ਬੋਲੀਏ ਜਿਸ ਦੇ ਨਾਲ ਬੋਲਣ ਕਰਕੇ ਜਿਤ ਸੁਣ ਧਰੇ ਪਿਆਰ, ਕਿ ਉਹ ਪਰਮੇਸ਼ੁਰ ਵਾਹਿਗੁਰੂ ਸਾਡੇ ਨਾਲ ਆਪਣਾ ਪ੍ਰੇਮ ਪਾ ਲਵੇ, ਕਿ ਅਸੀਂ ਵੀ ਪਰਮੇਸ਼ੁਰ ਵਾਹਿਗੁਰੂ ਦੀ ਨਜ਼ਰ ਦੇ ਹੇਠ ਆ ਜਾਈਏ। ਇਹ ਜਦੋਂ ਦੋ ਸਵਾਲ ਸਿੱਧਾ ਨੇ ਆਖੇ ਅਤੇ ਸਤਿਗੁਰੂ ਜੀ ਨੇ ਉੱਤਰ ਰੂਪ ਦੇ ਅੰਦਰ ਬਚਨ ਉਚਾਰਨਾ ਕੀਤੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਤਿਗੁਰੂ ਸਾਹਿਬ ਜੀ ਆਖਣ ਲੱਗੇ ਕਿ ਇਹ ਸਿੱਧ ਪੁਰਸ਼ੋ, ਉਸ ਪਰਮੇਸ਼ੁਰ ਵਾਹਿਗੁਰੂ ਦਾ ਜਿਹੜਾ ਸੱਚ ਨਾਉ ਸੱਚਾ ਜਿਹੜਾ ਨਾਮ ਹੈ ਉਸ ਨੂੰ ਅੰਮ੍ਰਿਤ ਵੇਲਾ ਜਾਣ ਕਰਕੇ ਜਪਣਾ ਕਰੋ, ਜਾਂ ਫਿਰ ਅੰਮ੍ਰਿਤ ਵੇਲਾ ਸੱਚ ਨਾਓ, ਕਿ ਜਦੋਂ ਉਸ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਜਪੋਗੇ ਫਿਰ ਤੁਹਾਨੂੰ ਜਿਹੜੀ ਇਹ ਅੰਮ੍ਰਿਤ ਜਿਹੜੀ ਮੌਤ ਤੋਂ ਰਹਿਤ ਪਦਵੀ ਹੈ ਭਾਵ ਮੁਕਤੀ ਦਾ ਦਾਨ ਹੈ, ਜਾਂ ਜਿਹੜੀ ਅਮਰ ਹੋਣ ਵਾਲੀ ਅਵਸਥਾ ਹੈ ਉਹ ਤੁਹਾਨੂੰ ਪ੍ਰਾਪਤ ਹੋ ਜਾਵੇਗੀ। ਜਿਸ ਪ੍ਰਕਾਰ ਹਰ ਇੱਕ ਧਰਮ ਦੇ ਅੰਦਰ ਵੱਖਰੋ ਵੱਖਰੇ ਨਿਯਮ ਹੁੰਦੇ ਨੇ, ਉਸੇ ਦੇ ਅਨੁਸਾਰ ਸਿੱਖ ਧਰਮ ਦੇ ਅੰਦਰ ਜਿਹੜੀ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਜਾਂਦੀ ਹੈ ਅਤੇ ਵਿਦਵਾਨ ਮਹਾਂਪੁਰਖ ਸੰਪਰਦਾਇ ਅੰਮ੍ਰਿਤ ਵੇਲੇ ਦੀ ਬਹੁਤ ਵਿਸਥਾਰ ਦੇ ਨਾਲ ਵਿਚਾਰ ਦੱਸਦੇ ਨੇ ਕਿ ਅੰਮ੍ਰਿਤ ਵੇਲਾ ਕਿਹੜਾ ਕਿਹੜਾ ਹੁੰਦਾ ਹੈ। ਉਹਨਾਂ ਨੇ ਪਹਿਲਾ ਅੰਮ੍ਰਿਤ ਵੇਲਾ ਲਿਖਿਆ ਹੈ ਕਿ ਜਿਹੜੀਆਂ ਇਹ 84 ਲੱਖ ਜੂਨਾਂ ਨੇ, ਵੇਲਾ ਦਾ ਅਰਥ ਹੁੰਦਾ ਹੈ ਸਮਾਂ, ਜਿਹੜੀਆਂ 84 ਲੱਖ ਜੂਨਾਂ ਨੇ ਇਹਨਾਂ ਦੇ ਵਿੱਚੋਂ ਇਹ ਜਿਹੜੀ ਮਨੁੱਖਾ ਦੇਹੀ ਹੈ ਇਹ ਵੀ ਕਹਿੰਦੇ ਇੱਕ ਅੰਮ੍ਰਿਤ ਵੇਲਾ ਹੈ, ਭਾਵ ਸਾਰਿਆਂ ਦੇ ਨਾਲੋਂ ਇੱਕ ਸਫਲੀ ਇਹ ਜਿਹੜੀ ਜੂਨੀ ਹੈ ਇਸ ਨੂੰ ਵੀ ਵਿਦਵਾਨਾਂ ਨੇ ਅੰਮ੍ਰਿਤ ਵੇਲਾ ਮੰਨਿਆ ਹੈ।
ਫਿਰ ਦੂਸਰਾ ਅੰਮ੍ਰਿਤ ਮੰਨਦੇ ਨੇ ਕਿ ਸਾਰੀ ਉਮਰ ਦੇ ਨਾਲੋਂ ਜਿਹੜੀ ਬਚਪਨ ਅਵਸਥਾ ਹੈ ਉਸ ਨੂੰ ਵਿਦਵਾਨਾਂ ਨੇ ਅੰਮ੍ਰਿਤ ਵੇਲੇ ਦਾ ਨਾਮ ਦਿੱਤਾ ਹੈ ਕਿ ਜਿਹੜੀ ਬਚਪਨ ਦੇ ਵਿੱਚ ਹੁੰਦਾ ਨਾ ਕਿਸੇ ਦੇ ਨਾਲ ਈਰਖਾ ਕਰਨੀ, ਨਾ ਕਿਸੇ ਦਾ ਬੁਰਾ ਸੋਚਣਾ, ਨਾ ਕਿਸੇ ਦਾ ਚੰਗਾ ਸੋਚਣਾ, ਸਾਰਿਆਂ ਦੇ ਨਾਲ ਖੁਸ਼ ਰਹਿਣਾ, ਜਿਸ ਦੇ ਅੰਦਰ ਜਿਹੜੀ ਵਿਕਾਰਾਂ ਦੀ ਜਿਹੜੀ ਭਾਵਨਾ ਹੈ ਉਹ ਵੀ ਨਹੀਂ ਪੈਦਾ ਹੁੰਦੀ, ਕਿਸੇ ਦਾ ਮਾੜਾ ਸੋਚਣ ਦੀ ਜਿਹੜੀ ਸੋਚ ਹੈ ਉਹ ਵੀ ਨਹੀਂ ਫੁਰਦੀ। ਇਸ ਲਈ ਵਿਦਵਾਨਾਂ ਨੇ ਜਿਹੜੀਆਂ ਚਾਰ ਅਵਸਥਾ ਮੰਨੀਆਂ ਨੇ ਨਾ, ਵੀ ਬਚਪਨ, ਕਿਸ਼ੋਰ, ਜਵਾਨੀ ਅਤੇ ਬੁਢੇਪਾ, ਇਹ ਚਾਰ ਅਵਸਥਾ ਦੇ ਨਾਲੋਂ ਕਹਿੰਦੇ ਜਿਹੜੀ ਬਚਪਨ ਦੀ ਅਵਸਥਾ ਹੈ ਉਹ ਅੰਮ੍ਰਿਤ ਵੇਲਾ ਹੈ। ਫਿਰ ਉਸ ਤੋਂ ਅੱਗੇ ਜਿਹੜਾ ਅੰਮ੍ਰਿਤ ਵੇਲਾ ਹੋਰ ਕਿਸ ਨੂੰ ਮੰਨਦੇ ਨੇ, ਸਾਰੀ ਉਮਰ ਦੇ ਨਾਲੋਂ ਕਹਿੰਦੇ ਜਿਹੜੀ ਜਵਾਨੀ ਦੀ ਅਵਸਥਾ ਹੈ ਇਹ ਕਹਿੰਦੇ ਅੰਮ੍ਰਿਤ ਵੇਲਾ ਹੈ। ਉਹ ਕਹਿੰਦੇ ਕਿ ਇਹ ਕਿਵੇਂ ਅੰਮ੍ਰਿਤ ਵੇਲਾ ਹੈ, ਇਸ ਸਮੇਂ ਕਹਿੰਦੇ ਜਿਹੜਾ ਮਨੁੱਖ ਬਹੁਤ ਬਲਵਾਨ ਹੁੰਦਾ, ਇਸ ਦਾ ਸਰੀਰ ਸਡੋਲ ਹੁੰਦਾ, ਇਹ ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦਾ ਵਧੇਰੇ ਨਾਮ ਜਪ ਸਕਦਾ, ਇਸ ਲਈ ਵਿਦਵਾਨਾਂ ਨੇ ਇਸ ਜਵਾਨੀ ਨੂੰ ਵੀ ਅੰਮ੍ਰਿਤ ਵੇਲੇ ਦਾ ਨਾਮ ਦਿੱਤਾ ਹੈ। ਉਸ ਤੋਂ ਅੱਗੇ ਕਈ ਵਿਦਵਾਨਾਂ ਨੇ ਜਿਹੜਾ ਬੁਢੇਪੇ ਦੀ ਅਵਸਥਾ ਹੈ ਇਸ ਨੂੰ ਵੀ ਅੰਮ੍ਰਿਤ ਵੇਲੇ ਦਾ ਨਾਮ ਦਿੱਤਾ ਹੈ। ਉਹ ਕਹਿੰਦੇ ਕਿ ਬੁਢੇਪੇ ਦੀ ਅਵਸਥਾ ਕਿਵੇਂ ਅੰਮ੍ਰਿਤ ਵੇਲਾ ਹੈ, ਇਹ ਕਿਵੇਂ ਸਫਲੀ ਹੈ। ਕਹਿੰਦੇ ਕਿ ਇਸ ਸਮੇਂ ਜੇ ਕੋਈ ਮਨੁੱਖ ਥੋੜ੍ਹੀ ਜਿਹੀ ਹਿੰਮਤ ਕਰਕੇ ਸੰਸਾਰ ਦੇ ਜਿਹੜੇ ਕਾਰਜ ਨੇ ਉਹਨਾਂ ਨੂੰ ਸੰਕੋਚਦਿਆਂ ਹੋਇਆਂ, ਕਿਉਂਕਿ ਆਪਾਂ ਇੱਕ ਵਿਚਾਰ ਕਰਕੇ ਦੇਖੀਏ ਕਿ ਜਿਹੜਾ ਕੋਈ ਆਮ ਮਨੁੱਖ ਹੈ 10-15 ਸਾਲ ਦੀ ਉਮਰ ਦੇ ਵਿੱਚ ਕੰਮ ਧੰਦੇ ਕਰਨ ਲੱਗ ਜਾਂਦਾ ਹੈ, 10-15 ਸਾਲ ਤੋਂ 50 ਸਾਲ 60 ਸਾਲ ਉਹ ਜਿਹੜੇ ਕੰਮ ਧੰਦੇ ਕਰਦਾ ਅਤੇ ਕਰਦਾ ਕਰਦਾ ਮਨ ਦੇ ਅੰਦਰ ਵਿਚਾਰ ਬਣਾਉਂਦਾ ਹੈ ਕਿ ਬਸ ਆਹ ਕਰਮ, ਆਹ ਜਿਹੜਾ ਕੰਮ ਕਰਕੇ ਫਿਰ ਆਪਾਂ ਕੋਈ ਕੰਮ ਨਹੀਂ ਕਰਨਾ, ਆਪਾਂ ਵਿਹਲੇ ਹੋ ਜਾਣਾ, ਉਨੇ ਦੇਰ ਨੂੰ ਕੋਈ ਹੋਰ ਕੰਮ ਧੰਦੇ ਪੈ ਜਾਂਦੇ ਨੇ। ਇੱਦਾਂ ਕਰਦਿਆਂ ਕਰਦਿਆਂ ਮਨ ਸੋਚਦਿਆਂ ਸੋਚਦਿਆਂ ਮੌਤ ਆ ਜਾਂਦੀ ਹੈ ਅਤੇ ਫਿਰ ਕੀ ਹੁੰਦਾ ਹੈ ਕਿ ਜਿਹੜੀਆਂ ਮਨ ਦੇ ਅੰਦਰ ਵਿਚਾਰਾਂ ਨੇ ਉਹ ਮਨ ਦੇ ਵਿੱਚ ਹੀ ਰਹਿ ਜਾਂਦੀਆਂ ਨੇ। ਪਰ ਜੇ ਕਹਿੰਦੇ ਕਿ ਮਨੁੱਖ ਥੋੜ੍ਹੀ ਜਿਹੀ ਹਿੰਮਤ ਕਰਕੇ ਇਹ ਸੋਚ ਲਵੇ ਕਿ ਜੇ ਇਹ ਕੰਮ ਧੰਦੇ ਪਹਿਲਾਂ ਨਹੀਂ ਖਤਮ ਹੋਏ, ਜਿਵੇਂ ਹੁਣ ਕੋਈ ਬਜ਼ੁਰਗ ਕਿਸੇ ਰਿਸ਼ਤੇਦਾਰੀ 'ਚ ਬਾਹਰ ਗਿਆ ਹੋਵੇ ਅਤੇ ਉਸ ਨੂੰ ਘਰ ਦੀ ਫਿਕਰ ਹੁੰਦੀ ਹੈ ਕਿ ਮੈਂ ਘਰ ਜਾ ਕੇ ਕੋਈ ਕੰਮ ਕਾਰ ਕਰਨੇ ਨੇ, ਜਾਂ ਫਿਰ ਕਈਆਂ ਦੀ ਡਿਊਟੀ ਲਾਈ ਹੁੰਦੀ ਹੈ ਕਿ ਤੂੰ ਬਸ ਪੁੱਤ ਪੁੱਤਰਿਆਂ ਨੂੰ ਸੰਭਾਲਣਾ ਹੈ, ਅਤੇ ਉਹ ਫਿਕਰ ਕਰਦਾ ਹੈ ਕਿ ਮੇਰੀ ਘਰ ਦੇ ਵਿੱਚ ਲੋੜ ਹੋਣੀ ਹੈ। ਪਰ ਜਦੋਂ ਉਸ ਮਨੁੱਖ ਦੀ, ਉਸ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ, ਉਦੋਂ ਵੀ ਤਾਂ ਉਹ ਜਿਹੜੇ ਪੁੱਤ ਪੋਤਰੇ ਪਲਦੇ ਹੀ ਹੈ ਨਾ, ਉਦੋਂ ਉਹਨਾਂ ਨੂੰ ਕੌਣ ਸੰਭਾਲਦਾ ਹੈ। ਸੋ ਇਸ ਲਈ ਕਹਿੰਦੇ ਕਿ ਜੇ ਕੋਈ ਮਨੁੱਖ ਥੋੜ੍ਹੀ ਜਿਹੀ ਹਿੰਮਤ ਕਰੇ ਅਤੇ ਜਿਹੜੀ ਬਜ਼ੁਰਗੀ ਦੀ ਅਵਸਥਾ ਹੈ ਇਸ ਦੇ ਅੰਦਰ ਵੀ ਕਹਿੰਦੇ ਕਿ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਜਪਿਆ ਜਾ ਸਕਦਾ, ਇਸ ਕਰਕੇ ਇਸ ਨੂੰ ਵੀ ਕਹਿੰਦੇ ਅੰਮ੍ਰਿਤ ਵੇਲੇ ਦਾ ਨਾਮ ਦਿੱਤਾ ਹੈ। ਉਸ ਤੋਂ ਬਾਅਦ ਜਿਵੇਂ 24 ਘੰਟਿਆਂ ਦੇ ਵਿੱਚੋਂ
ਜਿਹੜਾ ਸਵੇਰ ਦਾ ਸਮਾਂ ਹੈ, ਇਹ ਸਵੇਰ ਦਾ ਸਮਾਂ ਐਸਾ ਹੁੰਦਾ ਹੈ ਕਿ ਇੱਕ ਤਾਂ ਕੁਦਰਤ ਦੇ ਵਿੱਚ ਸ਼ਾਂਤੀ ਹੁੰਦੀ ਹੈ, ਵਾਤਾਵਰਣ ਸਵੱਛ ਹੋਇਆ ਹੁੰਦਾ ਹੈ, ਕਿਸੇ ਵੀ ਪ੍ਰਕਾਰ ਦਾ ਚੀਕ ਝਕਾੜਾ ਨਹੀਂ ਪੈਂਦਾ। ਇਸ ਲਈ ਕਹਿੰਦੇ ਕਿ ਇਹ ਸਾਰਿਆਂ ਸਮਿਆਂ ਦੇ ਨਾਲੋਂ ਇਹ ਜਿਹੜਾ ਸਵੇਰ ਦਾ ਸਮਾਂ ਹੈ, ਇਹ ਵੀ ਅੰਮ੍ਰਿਤ ਵੇਲਾ ਹੈ, ਇਹ ਵੀ ਸਫਲਾ ਹੈ। ਉਸ ਤੋਂ ਬਾਅਦ ਹੋਰ ਵੀ ਅੰਮ੍ਰਿਤ ਵੇਲੇ ਲਿਖੇ ਨੇ। ਇੱਕ ਅੰਮ੍ਰਿਤ ਵੇਲਾ ਉਹ ਲਿਖਿਆ ਹੈ ਕਿ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਪੰਜ ਪਿਆਰਿਆਂ ਦੇ ਹਜ਼ੂਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆ ਕਰਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਦੇ ਹਾਂ, ਉਹ ਜਿਹੜਾ ਕਹਿੰਦੇ ਅੰਮ੍ਰਿਤ ਛਕਣ ਦਾ ਵੇਲਾ ਹੁੰਦਾ, ਉਹ ਜਿੰਨਾ ਕੁ ਸਮਾਂ ਲੱਗਦਾ ਹੈ, ਅੱਧਾ ਘੰਟਾ ਘੰਟਾ, ਉਹ ਵੀ ਕਹਿੰਦੇ ਅੰਮ੍ਰਿਤ ਵੇਲਾ ਹੈ, ਉਹ ਵੀ ਸਾਡਾ ਸਫਲਾ ਹੈ। ਉਸ ਤੋਂ ਬਾਅਦ ਇੱਕ ਹੋਰ ਵੀ ਜਿਹੜਾ ਅੰਮ੍ਰਿਤ ਵੇਲਾ ਲਿਖਿਆ ਹੈ, ਉਹ ਹੈ ਕਿ ਜਦੋਂ ਮਨੁੱਖ ਕੋਈ ਸੂਰਮਾ ਯੋਧਾ ਲੜਾਈ ਕਰਦਾ ਹੋਇਆ, ਦੁਸ਼ਮਣਾਂ ਦਾ ਨਾਸ਼ ਕਰਦਾ ਹੋਇਆ, ਧਰਮ ਦੀ ਰੱਖਿਆ ਕਰਦਾ ਹੋਇਆ, ਜਿਵੇਂ ਬਾਬਾ ਦੀਪ ਸਿੰਘ ਜੀ ਦੇ ਵਰਗੇ, ਜਾਂ ਇਸੇ ਪ੍ਰਕਾਰ ਹੋਰ ਜਿਹੜੇ ਭਾਈ ਉਦੇ ਸਿੰਘ, ਭਾਈ ਜੀਵਨ ਸਿੰਘ ਵਰਗੇ ਮਹਾਨ ਯੋਧੇ, ਐਸੇ ਜਿਹੜੇ ਸੂਰਬੀਰ ਜਦੋਂ ਜੂਝਦੇ ਹੋਏ ਜਿਸ ਵੇਲੇ ਸ਼ਹੀਦੀ ਪ੍ਰਾਪਤ ਕਰਦੇ ਨੇ, ਉਹ ਜਿਹੜਾ ਸਮਾਂ ਹੁੰਦਾ ਹੈ, ਉਸ ਨੂੰ ਵੀ ਵਿਦਵਾਨਾਂ ਨੇ ਅੰਮ੍ਰਿਤ ਵੇਲੇ ਦਾ ਨਾਮ ਦਿੱਤਾ ਹੈ। ਸੋ ਇਸ ਪ੍ਰਕਾਰ ਇਹ ਕੁਝ ਸਨ ਅੰਮ੍ਰਿਤ ਵੇਲਿਆਂ ਦਾ ਜ਼ਿਕਰ। ਗੁਰਬਾਣੀ ਦੇ ਅੰਦਰ ਵੀ, ਗੁਰ ਇਤਿਹਾਸ ਦੇ ਅੰਦਰ ਵੀ ਬੇਅੰਤ ਵਾਰ ਐਸਾ ਜ਼ਿਕਰ ਆਇਆ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਜਦੋਂ ਵੀ ਇਤਿਹਾਸ ਦੇ ਅੰਦਰ ਪ੍ਰਸੰਗ ਸ਼ੁਰੂ ਹੁੰਦਾ ਹੈ ਅਤੇ ਜਦੋਂ ਇਹ ਕਥਨ ਆਵੇ ਕਿ ਗੁਰੂ ਸਾਹਿਬਾਨ ਜੀ ਫਲਾਣੀ ਜਗ੍ਹਾ 'ਤੇ ਟਿਕੇ, ਅਤੇ ਉਸ ਤੋਂ ਬਾਅਦ ਜਦੋਂ ਸਵੇਰ ਹੁੰਦੀ ਹੈ, ਸਵੇਰ ਦੇ ਪ੍ਰਸੰਗ ਦੇ ਵਿੱਚ ਇਹ ਗੱਲ ਸਾਰੀਆਂ ਪ੍ਰਸੰਗਾਂ ਦੇ ਵਿੱਚ ਲਿਖੀ ਹੁੰਦੀ ਹੈ ਕਿ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਉੱਠ ਕਰਕੇ ਸੋਚਾਚਾਰ ਕੀਤਾ, ਦਾਤਨ ਕੁਰਲਾ ਕੀਤਾ, ਇਸ਼ਨਾਨ ਕਰਕੇ ਪਰਮੇਸ਼ਰ ਦੇ ਧਿਆਨ ਦੇ ਵਿੱਚ ਜੁੜੇ। ਸੋ ਇਸ ਲਈ ਗੁਰਬਾਣੀ ਦੇ ਅੰਦਰ ਵੀ ਝਾ ਲਾਗੇ ਉੱਠ ਨਾਮ ਜਪ, ਨਿਸ ਬਾਸੁਰ ਆਰਾਧ, ਕਾਰਾ ਤੁਜੈ ਨਾ ਵਿਆਪਈ, ਨਾਨਕ ਮਿਟੈ ਉਪਾਦ, ਕਿ ਜਿਹੜੀਆਂ ਦੁੱਖ ਤਕਲੀਫਾਂ ਨੇ ਉਹ ਤੈਨੂੰ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣ ਦੇ ਸਦਕਾ ਮਿਟ ਸਕਦੀਆਂ ਨੇ। ਸੋ ਇਸ ਲਈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਨੇ ਕਿ ਐ ਸਿੱਧ ਪੁਰਸ਼ੋ, ਅੰਮ੍ਰਿਤ ਵੇਲਾ ਸੱਚ ਨਾਓ, ਕਿ ਤੁਸੀਂ ਉਸ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਗੁਣਾਂ ਦਾ ਗਾਇਨ ਜਦੋਂ ਕਰੋਗੇ, ਇਹ ਕਹਿੰਦੇ ਕਿ ਜਿਹੜਾ ਸੱਚੇ ਗੁਣਾਂ ਨੂੰ ਗਾਇਨ ਕਰਨਾ ਹੈ, ਇਹੀ ਉਸ ਪਰਮੇਸ਼ਰ ਵਾਹਿਗੁਰੂ ਨੂੰ ਸੱਚੀ ਭੇਟਾ ਦੇਣੀ ਹੈ। ਪਿੱਛੇ ਬਚਨ ਆਏ ਸਨ ਨਾ ਕਿ ਅਸੀਂ ਉਸ ਪਰਮੇਸ਼ਰ ਵਾਹਿਗੁਰੂ ਨੂੰ ਕਿਹੜੀ ਐਸੀ ਭੇਟਾ ਦੇਈਏ ਕਿ ਉਹ ਸਾਡੇ ਉੱਪਰ ਖੁਸ਼ ਹੋ ਜਾਵੇ, ਸਾਡੇ ਨਾਲ ਪ੍ਰੇਮ ਕਰੇ। ਅਤੇ ਸਤਿਗੁਰਾਂ ਨੇ ਆਖਿਆ ਕਿ ਅੰਮ੍ਰਿਤ ਵੇਲਾ ਸੱਚ ਨਾਓ, ਕਿ ਅੰਮ੍ਰਿਤ ਵੇਲੇ ਉੱਠ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪੋ, ਇਹੀ ਉਸ ਨੂੰ ਸੱਚੀ ਭੇਟਾ ਹੈ। ਅਤੇ ਵਡਿਆਈ ਵਿਚਾਰ, ਕਹਿੰਦੇ ਉਸ ਪਰਮੇਸ਼ਰ ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰਨ ਦੇ ਨਾਲ
ਕੈਸੀ ਪ੍ਰਾਪਤੀ ਹੁੰਦੀ ਹੈ ਕਿ ਤੁਹਾਡਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਪੈ ਜਾਂਦਾ ਹੈ। ਜਿਤ ਸੁਣ ਧਰੇ ਪਿਆਰ, ਕਹਿੰਦੇ ਕਿ ਉਹ ਜਦੋਂ ਵਡਿਆਈਆਂ ਪਰਮੇਸ਼ਰ ਸੁਣਦਾ ਹੈ ਕਿ ਫਲਾਣਾ ਭਗਤ ਇਹ ਜਿਹੜਾ ਮਨੁੱਖ ਹੈ ਮੇਰੇ ਗੁਣ ਗਾ ਰਿਹਾ ਹੈ, ਜਦੋਂ ਪਰਮੇਸ਼ਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੇਰੇ ਕੋਈ ਗੁਣ ਗਾਉਂਦਾ ਹੈ, ਤਾਂ ਉਸ ਵੇਲੇ ਧਰੇ ਪਿਆਰ ਉਹਨਾਂ ਮਨੁੱਖਾਂ ਦੇ ਨਾਲ ਵੀ ਪਰਮੇਸ਼ਰ ਵਾਹਿਗੁਰੂ ਆਪਣਾ ਪ੍ਰੇਮ ਪਾ ਲੈਣਾ ਕਰਦੇ ਹਨ। ਕਰਮੀ ਆਵਾ ਕੱਪੜਾ ਨਦਰੀ ਮੋਖ ਦੁਆਰ। ਉਸ ਤੋਂ ਬਾਅਦ ਸਿੱਧਾਂ ਨੇ ਇਹ ਸਵਾਲ ਕੀਤਾ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ, ਇਹ ਜਿਹੜਾ ਸਰੀਰ ਹੈ ਇਸ ਦੇ ਨਾਲ ਜਾਂ ਫਿਰ ਇਹ ਕਰਮਾਂ ਦੇ ਨਾਲ ਤਾਂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੋਣੀ ਹੈ ਕਿ ਮਨੁੱਖ ਚੰਗੇ ਤੋਂ ਚੰਗੇ ਕਰਮ ਕਰੇ, ਇਸ ਨਾਲ ਤਾਂ ਪ੍ਰਾਪਤੀ ਹੋ ਹੀ ਜਾਂਦੀ ਹੋਣੀ ਹੈ। ਅਤੇ ਸਤਿਗੁਰਾਂ ਨੇ ਆਖਿਆ ਕਿ ਨਹੀਂ, ਇਹਨਾਂ ਕਰਮਾਂ ਦੇ ਨਾਲ ਵੀ ਪ੍ਰਾਪਤੀ ਨਹੀਂ ਹੁੰਦੀ। ਕਰਮੀ ਆਵੈ ਕੱਪੜਾ, ਕਰਮਾਂ ਦੇ ਨਾਲ ਤਾਂ ਸਿਰਫ ਇੰਨਾ ਕੁ ਹੋ ਜਾਂਦਾ ਕਿ ਇਹ ਜਿਹੜਾ ਸਰੀਰ ਰੂਪੀ ਸਾਡਾ ਕੱਪੜਾ ਹੈ, ਇਹ ਜਿਹੜੀ ਦੇਹੀ ਹੈ, ਇਸ ਦੀ ਤਾਂ ਪ੍ਰਾਪਤੀ ਹੋ ਜਾਂਦੀ ਹੈ, ਪਰ ਉਸ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਚੰਗੇ ਗੁਣਾਂ ਦੇ ਨਾਲ ਵੀ ਨਹੀਂ ਹੁੰਦੀ। ਚੰਗੇ ਗੁਣਾਂ ਕਰਕੇ ਅਗਲੇ ਜਨਮ ਦੇ ਅੰਦਰ ਸਿਰਫ ਪ੍ਰਾਪਤੀ ਹੋ ਜਾਂਦੀ ਹੈ, ਜਿਵੇਂ ਸ਼ਾਸਤਰਕਾਰਾਂ ਦੇ ਬਚਨ ਨੇ ਕਿ ਜਿਹੜਾ ਮਨੁੱਖ ਕੋਈ ਦਾਨ ਪੁੰਨ ਕਰਦਾ ਹੈ ਉਸ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਕੋਈ ਪਾਪ ਕਰਮ ਕਰਦਾ ਹੈ ਉਸ ਨੂੰ ਨਰਕਾਂ ਦੀ। ਜਦੋਂ ਪਾਪ ਅਤੇ ਪੁੰਨ, ਪਾਪ ਘੱਟ ਜਾਣ ਅਤੇ ਪੁੰਨ ਘੱਟ ਜਾਣ, ਜਦੋਂ ਦੋਵੇਂ ਸਮ ਅਵਸਥਾ ਦੇ ਵਿੱਚ ਆ ਜਾਣ, ਵੀ ਓਨੇ ਹੀ ਪਾਪ ਰਹਿ ਜਾਣ, ਓਨੇ ਹੀ ਪੁੰਨ ਰਹਿ ਜਾਣ, ਉਸ ਵੇਲੇ ਕਹਿੰਦੇ ਕਿ ਫਿਰ ਮਨੁੱਖ ਜਨਮ ਧਾਰਨ ਕਰਦਾ ਹੈ। ਸੋ ਇਸ ਲਈ ਕਰਮੀ ਆਵੈ ਕੱਪੜਾ, ਇਹ ਕਰਮਾਂ ਦੇ ਸਦਕਾ ਜਿਹੜੀ ਮਨੁੱਖਾ ਦੇਹੀ ਹੈ ਇਸ ਦੀ ਪ੍ਰਾਪਤੀ ਹੁੰਦੀ ਹੈ। ਫਿਰ ਸਿੱਧਾਂ ਨੇ ਆਖਿਆ ਕਿ ਉਸ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਅਤੇ ਸਤਿਗੁਰਾਂ ਨੇ ਆਖਿਆ ਕਿ ਨਦਰੀ ਮੋਖ ਦੁਆਰ, ਕਿ ਜਦੋਂ ਉਹ ਪਰਮੇਸ਼ਰ ਵਾਹਿਗੁਰੂ ਦੇ ਤੁਸੀਂ ਗੁਣਾਂ ਨੂੰ ਗਾਇਨ ਕਰੋਗੇ, ਉਸ ਦੀ ਸਿਫਤੋਂ ਸਲਾਹ ਕਰੋਗੇ, ਗੁਣ ਗਾਉਂਦਿਆਂ ਗਾਉਂਦਿਆਂ ਜਦੋਂ ਤੁਹਾਡਾ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਜਾਵੇਗਾ, ਫਿਰ ਕਹਿੰਦੇ ਕਿ ਉਹ ਆਪਣੀ ਨਦਰੀ ਕਿਰਪਾ ਬਖਸ਼ਿਸ਼ ਕਰਕੇ ਮੋਖ ਦੁਆਰ, ਉਸ ਦਾ ਜਿਹੜਾ ਮੁਕਤੀ ਦਾ ਦੁਆਰਾ ਹੈ, ਉਸ ਦੀ ਤੁਹਾਨੂੰ ਪ੍ਰਾਪਤੀ ਹੋ ਜਾਵੇਗੀ। ਜਾਂ ਫਿਰ ਨਦਰੀ ਮੋਖ ਦੁਆਰ, ਕਹਿੰਦੇ ਕਿ ਜਦੋਂ ਉਸ ਪਰਮੇਸ਼ਰ ਵਾਹਿਗੁਰੂ ਦੀ ਸਵੱਲੀ ਨਦਰ ਹੋ ਗਈ, ਜਿਵੇਂ ਵਿਦਵਾਨਾਂ ਨੇ ਜਿਹੜੀ ਨਦਰ ਹੈ ਦੋ ਪ੍ਰਕਾਰ ਦੀ ਲਿਖੀ ਹੈ, ਇੱਕ ਤਾਂ ਹੁੰਦੀ ਹੈ ਸਵੱਲੀ ਨਦਰ, ਸਵੱਲੀ ਨਦਰ ਤੋਂ ਹੁੰਦੀ ਹੈ ਕਿ ਪਰਮੇਸ਼ਰ ਵਾਹਿਗੁਰੂ ਨੂੰ ਅਸੀਂ ਚੰਗੇ ਲੱਗਣ ਲੱਗ ਗਏ ਹਾਂ, ਅਤੇ ਇੱਕ ਹੁੰਦੀ ਹੈ ਉਪੱਠੀ ਨਦਰ, ਉਲਟੀ ਨਦਰ ਹੋ ਜਾਣੀ, ਪਰਮੇਸ਼ਰ ਦਾ ਸਾਡੇ ਨਾਲ ਨਾਰਾਜ਼ ਹੋ ਜਾਣਾ। ਜਿਵੇਂ ਗੁਰਬਾਣੀ ਦੇ ਅੰਦਰ ਇਹ ਜ਼ਿਕਰ ਆਉਂਦਾ ਹੈ ਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਿਰਾਏ ਦਾ, ਕਹਿੰਦੇ ਕਿ ਜਿਨ੍ਹਾਂ ਮਨੁੱਖਾਂ ਦੇ ਉੱਪਰ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਉਲਟੀ ਨਦਰ ਹੋ ਜਾਂਦੀ ਹੈ, ਉਹਨਾਂ ਦਾ ਕੈਸਾ ਹਾਲ ਹੁੰਦਾ ਹੈ ਕਿ ਸੁਲਤਾਨਾ ਕਾਹੋ ਕਿਰਾਏ ਦਾ, ਜਿਹੜੇ ਸੁਲਤਾਨ ਬਾਦਸ਼ਾਹ ਨੇ
ਜਿਨ੍ਹਾਂ ਦੀ ਸੰਸਾਰ ਦੇ ਅੰਦਰ ਹਕੂਮਤ ਚੱਲਦੀ ਹੈ, ਉਹਨਾਂ ਨੂੰ ਵੀ ਕਹਿੰਦੇ ਕਿ ਘਾਹ ਖਾਣ ਦੇ ਲਈ ਮਜਬੂਰ ਕਰ ਦਿੰਦਾ ਕਿ ਉਹਨਾਂ ਨੂੰ ਵੀ ਘਾਹ ਖਾਣਾ ਪੈਂਦਾ, ਜਾਂ ਫਿਰ ਉਹਨਾਂ ਨੂੰ ਵੀ ਘਾਹ ਪੁੱਟਣਾ ਪੈਂਦਾ ਹੈ, ਐਸੀ ਉਹਨਾਂ ਦੇ ਅੰਦਰ ਉਹਨਾਂ ਦੇ ਜੀਵਨ ਦੇ ਅੰਦਰ ਗਰੀਬੀ ਆ ਜਾਂਦੀ ਹੈ। ਸੋ ਇਸ ਲਈ ਇਹ ਜਿਹੜੀ ਦੋ ਪ੍ਰਕਾਰ ਦੀ ਨਜ਼ਰ ਗੁਰਬਾਣੀ ਅੰਦਰ ਔਰ ਵਿਦਵਾਨਾਂ ਨੇ ਕਥਨ ਕੀਤੀ ਹੈ। ਸਤਿਗੁਰੂ ਜੀ ਬਚਨ ਕਰ ਰਹੇ ਨੇ ਕਿ ਜਿਸ ਉੱਪਰ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਸਵੱਲੀ ਨਜ਼ਰ ਹੋ ਜਾਵੇ, ਉਸ ਨੂੰ ਕਹਿੰਦੇ ਜਿਹੜਾ ਇਹ ਦੁਆਰ, ਇਹ ਜਿਹੜਾ ਸੰਸਾਰ ਹੈ ਨਾ ਦਰਵਾਜ਼ਿਆਂ ਵਾਲਾ, ਜਿਸ ਦੇ ਅੰਦਰ ਵਾਰ ਵਾਰ ਜਨਮ ਲੈਣਾ ਪੈਂਦਾ ਹੈ, ਕਿਉਂਕਿ ਸੰਸਾਰ ਦਾ ਇਹੀ ਅਰਥ ਹੈ ਨਾ ਕਿ ਵਾਰ ਵਾਰ ਸਰਕੀ ਜਾਣਾ, ਤਬਦੀਲੀ ਆਈ ਜਾਣੀ, ਕਦੇ ਜਨਮ, ਕਦੇ ਜਵਾਨੀ, ਕਦੇ ਬੁਢੇਪਾ, ਫਿਰ ਮੌਤ, ਫਿਰ ਜਨਮ, ਫਿਰ ਇਹੀ ਜਿਹੜਾ ਗੇੜ ਬਣਿਆ ਰਹਿੰਦਾ। ਇਸ ਲਈ ਇਸ ਨੂੰ ਸੰਸਾਰ ਕਿਹਾ ਜਾਂਦਾ ਜਿਹੜਾ ਸਰਕੀ ਜਾਵੇ। ਅਤੇ ਸਤਿਗੁਰੂ ਜੀ ਆਖਦੇ ਕਿ ਜਿਸ ਉੱਪਰ ਪਰਮੇਸ਼ਰ ਦੀ ਸਵੱਲੀ ਨਜ਼ਰ ਹੋ ਜਾਵੇ, ਉਸ ਨੂੰ ਇਹ ਜਿਹੜਾ ਦਰਵਾਜ਼ਿਆਂ ਵਾਲਾ ਸੰਸਾਰ ਹੈ, ਇਸ ਤੋਂ ਮੋਖ ਮਹਿਣੇ ਮੁਕਤੀ ਦੀ ਜਿਹੜੀ ਕੇਵਲ ਮੁਕਤੀ ਹੈ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਵਹਿ ਜਾਣੀਐ ਸਭ ਆਪੀ ਸਚਿਆਰ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਐ ਸਿੱਧ ਪੁਰਸ਼ੋ, ਉਸ ਪਰਮੇਸ਼ਰ ਵਾਹਿਗੁਰੂ ਨੂੰ ਇਵੇਂ ਮੈਨੇ ਨਿਸ਼ਚੈ ਕਰਕੇ ਉਸ ਵਾਹਿਗੁਰੂ ਨੂੰ ਜਾਣਨਾ ਕਰੋ, ਇਹ ਤੁਸੀਂ ਮੰਨ ਲੈਣਾ ਕਰੋ ਕਿ ਸਭ ਆਪੇ ਸਚਿਆਰ, ਕਿ ਜਿੰਨਾ ਵੀ ਇਸ ਸੰਸਾਰ ਦਾ ਜਿਹੜਾ ਪਸਾਰਾ ਪਸਰਿਆ ਹੋਇਆ ਹੈ, ਉਹ ਵੀ ਪਰਮੇਸ਼ਰ ਵਾਹਿਗੁਰੂ ਨੇ ਪਸਾਰਿਆ ਹੈ। ਜੇ ਉਸ ਪਰਮੇਸ਼ਰ ਵਾਹਿਗੁਰੂ ਦੀ ਦਰਬਾਰ ਦੀ ਜੇ ਕੋਈ ਪ੍ਰਾਪਤੀ ਕਰਵਾਉਣ ਵਾਲਾ ਹੈ, ਤਾਂ ਉਹ ਵੀ ਨਦਰੀ ਮੋਖ ਦੁਆਰ, ਉਹ ਵੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ। ਇਸ ਪ੍ਰਕਾਰ ਇਹ ਜਿਹੜੇ ਬਚਨ ਨੇ, ਇਹ ਜਿਹੜੀ ਵਿਚਾਰ ਹੈ, ਤੁਸੀਂ ਇਹ ਸਿੱਧ ਪੁਰਸ਼ੋ ਮੰਨ ਲੈਣਾ ਕਰੋ ਕਿ ਸਭ ਆਪੇ ਸਚਿਆਰ, ਕਿ ਉਹ ਪਰਮੇਸ਼ਰ ਵਾਹਿਗੁਰੂ ਸਭ ਜਗ੍ਹਾ ਦੇ ਵਿੱਚ ਹਰ ਇੱਕ ਕਾਰਜ ਕਰਨ ਦੇ ਵਿੱਚ ਆਪੇ ਹੀ ਉਹ ਪਰਮੇਸ਼ਰ ਵਾਹਿਗੁਰੂ ਸਚਿਆਰ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਇਸ ਤੋਂ ਬਾਅਦ ਸਿੱਧਾ ਨੇ ਇਹ ਸਵਾਲ ਕੀਤਾ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ, ਸਾਡੇ ਤਾਂ ਹੀ ਇਹ ਦੱਸਣਾ ਕਰੋ ਕਿ ਉਹ ਜਿਹੜਾ ਪਰਮੇਸ਼ਰ, ਉਹ ਬਿੰਦੀ ਬੰਸ਼ ਹੈ ਜਾਂ ਨਾਦੀ ਹੈ, ਜਾਂ ਉਹ ਸੁਤੰਤਰ ਹੈ ਜਾਂ ਉਹ ਪਤੰਤਰ ਹੈ, ਜਾਂ ਕਹਿੰਦੇ ਉਹ ਮੈਲ ਦੇ ਸਹਿਤ ਹੈ ਜਾਂ ਫਿਰ ਉਹ ਨਿਰਮਲ ਹੈ। ਇਹ ਛੇ ਸਵਾਲ ਸਿੱਧਾ ਨੇ ਸਤਿਗੁਰਾਂ ਦੇ ਅੱਗੇ ਰੱਖੇ, ਅਤੇ ਸਤਿਗੁਰਾਂ ਨੇ ਉਹਨਾਂ ਦੇ ਜਵਾਬ ਦੇ ਲਈ ਅਗਲੀ ਪੌੜੀ ਉਚਾਰਨ ਕੀਤੀ ਕਿ ਥਾਪਿਆ ਨਾ ਜਾਏ। ਕਹਿੰਦੇ ਕਿ ਜਿਵੇਂ ਸੰਸਾਰ ਦੇ ਅੰਦਰ ਜਿਹੜਾ ਮਨੁੱਖ ਹੈ, ਉਹ ਕਿਸੇ ਨਾ ਕਿਸੇ ਪ੍ਰਕਾਰ ਕਰਕੇ ਇੱਕ ਗੁਰੂ ਆਪਣੇ ਚੇਲੇ ਨੂੰ ਸ਼ਬਦ ਦੇ ਕੇ ਉਸ ਨੂੰ ਸੰਸਾਰ ਦੇ ਅੰਦਰ ਉਸ ਨੂੰ ਚੇਲਾ ਬਣਾ ਕੇ ਫਿਰ ਗੁਰੂ ਬਣਾ ਲੈਂਦਾ। ਇਸ ਨੂੰ ਆਖਿਆ ਜਾਂਦਾ ਹੈ ਨਾਦੀ ਬੰਸ਼। ਜਿਵੇਂ ਅਸੀਂ ਸਾਰੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਦੀ ਬੰਸ਼ ਹਾਂ, ਨਾਦੀ ਪੁੱਤਰ ਹਾਂ। ਨਾਦ ਦਾ ਅਰਥ ਹੁੰਦਾ ਹੈ ਸ਼ਬਦ, ਜਿਹੜੇ ਸ਼ਬਦ ਤੋਂ ਪੈਦਾ ਹੋਵੇ, ਸ਼ਬਦ ਦੇ ਕਰਕੇ ਸੰਬੰਧ ਬਣੇ, ਉਸ ਨੂੰ ਆਖਿਆ ਜਾਂਦਾ ਹੈ ਨਾਦੀ ਬੰਸ਼।
ਅਤੇ ਸਤਿਗੁਰਾਂ ਨੇ ਆਖਿਆ ਕਿ ਸਥਾਪਿਆ ਨਾ ਜਾਏ। ਕਹਿੰਦੇ ਕਿ ਜਿਵੇਂ ਤੁਸੀਂ ਸਵਾਲ ਕੀਤਾ ਹੈ ਕਿ ਉਹ ਨਾਦੀ ਬੰਸ਼ ਹੋਣਾ ਕਿ ਪਰਮੇਸ਼ਰ ਵਾਹਿਗੁਰੂ ਨੂੰ ਕਿਸੇ ਨੇ ਸ਼ਬਦ ਦੇ ਨਾਲ ਪੈਦਾ ਕੀਤਾ ਹੋਣਾ, ਪਰ ਸਤਿਗੁਰਾਂ ਨੇ ਆਖਿਆ ਕਿ ਪਰਮੇਸ਼ਰ ਵਾਹਿਗੁਰੂ ਨਾਦੀ ਵੰਸ਼ ਵੀ ਨਹੀਂ ਹੈ, ਕਿਉਂਕਿ ਥਾਪਿਆ ਨਾ ਜਾਏ। ਉਸ ਪਰਮੇਸ਼ਰ ਵਾਹਿਗੁਰੂ ਨੂੰ ਥਾਪਣ ਵਾਲਾ ਕਿਹੜਾ ਐਸਾ ਸਮਰੱਥਾਵਾਨ ਹੈ ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਨੂੰ ਥਾਪ ਸਕੇ। ਥਾਪਣ ਤੋਂ ਭਾਵ ਹੈ ਕਿ ਆਪਣੀ ਜਗ੍ਹਾ ਦੇ ਉੱਪਰ ਬਿਠਾ ਸਕੇ, ਕਿਉਂਕਿ ਪਰਮੇਸ਼ਰ ਵਾਹਿਗੁਰੂ ਦੇ ਵਰਗਾ ਆਪ ਹੀ ਉਹ ਆਪ ਹੈ। ਇਸ ਲਈ ਸਤਿਗੁਰੂ ਨੇ ਬਚਨ ਆਖੇ ਕਿ ਉਹ ਇਸ ਪ੍ਰਕਾਰ ਜਿਹੜੀ ਨਾਦੀ ਵੰਸ਼ ਤੁਸੀਂ ਕਥਨ ਕੀਤੀ ਹੈ ਉਹ ਵੀ ਪਰਮੇਸ਼ਰ ਵਾਹਿਗੁਰੂ ਨਹੀਂ ਹੈ। ਅਤੇ ਦੂਸਰਾ ਸਵਾਲ ਸੀ ਕਿ ਫਿਰ ਉਹ ਬਿੰਦੀ ਵੰਸ਼ ਹੋਵੇਗਾ ਕਿ ਕਿਸੇ ਮਾਤਾ ਪਿਤਾ ਤੋਂ ਉਸ ਦਾ ਜਨਮ ਹੋਇਆ ਹੋਵੇਗਾ, ਅਤੇ ਸਤਿਗੁਰਾਂ ਨੇ ਆਖਿਆ ਕਿ ਕੀਤਾ ਨਾ ਹੋਵੇ। ਕਹਿੰਦੇ ਕਿ ਉਹ ਕਿਸੇ ਦਾ ਪੈਦਾ ਕੀਤਾ ਹੋਇਆ ਪਰਮੇਸ਼ਰ ਵਾਹਿਗੁਰੂ ਨਹੀਂ ਹੈ, ਉਸ ਦੇ ਮਾਤਾ ਪਿਤਾ ਉਸ ਦੇ ਭੈਣ ਭਰਾ ਸਾਕ ਸੰਬੰਧੀ ਨਹੀਂ ਗੇ। ਇਸ ਲਈ ਜਿਹੜੀ ਇਹ ਬਿੰਦੀ ਵੰਸ਼ ਹੈ ਜਿਹੜੀ ਮਾਤਾ ਪਿਤਾ ਦੇ ਸੰਯੋਗ ਤੋਂ ਪੈਦਾ ਹੁੰਦੀ ਹੈ, ਇਸ ਪ੍ਰਕਾਰ ਉਹ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਪੈਦਾਇਸ਼ ਹੈ ਇਸ ਪ੍ਰਕਾਰ ਵੀ ਨਹੀਂ ਹੋਣਾ ਹੋਈ। ਆਪੇ ਆਪ ਨਿਰੰਜਣ ਸੋਏ। ਇਸ ਤੋਂ ਅਗਲਾ ਸਵਾਲ ਸੀ ਕਿ ਉਹ ਪਰਮੇਸ਼ਰ ਵਾਹਿਗੁਰੂ ਸਵਤੰਤਰ ਹੈ ਜਾਂ ਕਿਸੇ ਦੇ ਅਧੀਨ ਰਹਿੰਦਾ ਹੈ, ਅਤੇ ਸਤਿਗੁਰਾਂ ਨੇ ਬਚਨ ਆਖੇ ਕਿ ਆਪੇ ਆਪ। ਕਹਿੰਦੇ ਕਿ ਉਹ ਕਿਸੇ ਦੇ ਪਤੰਤਰ ਕਿਸੇ ਦੇ ਅਧੀਨ ਨਹੀਂ ਹੈ, ਉਹ ਹੈ ਆਪੇ ਆਪ। ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ ਅਤੇ ਜਿੰਨੇ ਵੀ ਕਾਰਜ ਨੇ ਉਹ ਆਪਣੀ ਸਲਾਹ ਦੇ ਅਨੁਸਾਰ ਕਰਦਾ ਹੈ, ਕਿਸੇ ਦੀ ਸਲਾਹ ਲੈਣੀ ਉਸ ਨੂੰ ਜ਼ਰੂਰੀ ਨਹੀਂ ਹੈ। ਇਸ ਲਈ ਸਤਿਗੁਰਾਂ ਨੇ ਆਖਿਆ ਕਿ ਉਹ ਪਰਮੇਸ਼ਰ ਵਾਹਿਗੁਰੂ ਹਰ ਇੱਕ ਕੰਮ ਕਰਨ ਦੇ ਵਿੱਚ ਸਵਤੰਤਰ ਹੈ। ਅਗਲਾ ਸਵਾਲ ਸੀ ਕਿ ਉਹ ਪਰਮੇਸ਼ਰ ਵਾਹਿਗੁਰੂ ਮੈਲ ਦੇ ਸਹਿਤ ਹੈ ਕਿ ਉਹਦੇ ਵਿੱਚ ਵੀ ਕੋਈ ਮੈਲ ਹੈ, ਕਿ ਉਹਦੇ ਵਿੱਚ ਵੀ ਕੋਈ ਜਿਹੜੇ ਵਿਕਾਰ ਨੇ ਉਹ ਫੁਰਦੇ ਹੋਣਗੇ, ਜਾਂ ਫਿਰ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਨਿਰਮਲ ਹੈ। ਅਤੇ ਸਤਿਗੁਰਾਂ ਨੇ ਬਚਨ ਆਖੇ ਕਿ ਨਿਰੰਜਨ ਸੋਏ। ਸੋਏ ਮੈਨੇ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਨਿਰੰਜਨ ਹੈ, ਨਿਰਅੰਜਨ। ਅੰਜਨ ਨਾਮ ਹੁੰਦਾ ਹੈ ਸੁਰਮੇ ਦਾ, ਜਿਵੇਂ ਸੁਰਮਾ ਹੁੰਦਾ ਹੈ ਕਾਲਾ, ਕਾਲੇ ਤੋਂ ਅਰਥ ਲਿਆ ਜਾਂਦਾ ਹੈ ਮੈਲ, ਅਵਗੁਣ। ਸਤਿਗੁਰਾਂ ਨੇ ਆਖਿਆ ਕਿ ਨਿਰਅੰਜਨ, ਨਿਰ ਦਾ ਅਰਥ ਹੁੰਦਾ ਹੈ ਰਹਿਤ, ਕਿ ਉਹ ਪਰਮੇਸ਼ਰ ਵਾਹਿਗੁਰੂ ਨਿਰੰਜਨ ਹੈ। ਇਹ ਕਾਲਖ ਆਦਿਕ, ਮੈਲ ਆਦਿਕ, ਇਹਨਾਂ ਤੋਂ ਪਰਮੇਸ਼ਰ ਵਾਹਿਗੁਰੂ ਰਹਿਤ ਹੈ। ਇਸ ਲਈ ਪਰਮੇਸ਼ਰ ਵਾਹਿਗੁਰੂ ਦੇ ਅੰਦਰ ਕਿਸੇ ਵੀ ਪ੍ਰਕਾਰ ਦੀਆਂ ਜਿਹੜੀਆਂ ਤਿੰਨ ਪ੍ਰਕਾਰ ਦੀਆਂ ਸਤਿਗੁਣ, ਰਜਗੁਣ, ਤਮਗੁਣ, ਇਹ ਜਿਹੜੇ ਗੁਣ ਨੇ ਉਹ ਵੀ ਨਹੀਂ ਵਿਰਾਜਦੇ। ਜਿਨ ਸੇਵਿਆ ਤਿਨ ਪਾਇਆ ਮਾਨ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਨੇ ਕਿ ਇਹ ਸਿੱਧ ਪੁਰਸ਼ੋ, ਜਿਨ੍ਹਾਂ ਨੇ ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਿਆਂ ਹੋਇਆਂ, ਸਿਫਤੋ ਸਲਾਹ ਕਰਦਿਆਂ ਹੋਇਆਂ ਉਸ ਪਰਮੇਸ਼ਰ ਵਾਹਿਗੁਰੂ ਦੀ ਨਾਮ ਜਪਣ ਰੂਪੀ ਸੇਵਾ ਕੀਤੀ, ਉਹਨਾਂ ਨੂੰ ਕੈਸੀ ਪ੍ਰਾਪਤੀ ਹੁੰਦੀ ਹੈ? ਤਿੰਨ ਪਾਇਆ ਮਾਨ। ਉਹਨਾਂ ਨੇ ਸੰਸਾਰ ਦੇ ਅੰਦਰ, ਲੋਕ ਪ੍ਰਲੋਕ ਦੇ ਅੰਦਰ ਜਿਹੜਾ ਮਾਨ ਸਤਿਕਾਰ ਹੈ ਉਸ ਨੂੰ ਪ੍ਰਾਪਤ ਕਰ ਲੈਣਾ ਕੀਤਾ ਹੈ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਣ ਲੱਗੇ, ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ, ਗੁਣੀ ਨਿਧਾਨ ਜਿਹੜਾ ਕਹਿੰਦੇ ਜਿਸ ਪਰਮੇ